ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਸੰਤ ਫਰਾਂਸਿਸ ਕਾਨਵੈਂਟ ਸਕੂਲ ਫਤਿਹਗੜ੍ਹ ਚੂੜੀਆਂ ਦੀ ਪ੍ਰਿੰਸੀਪਲ ਸਿਸਟਰ ਵਿਲਫੀ ਦੀ ਅਗਵਾਈ ਹੇਠ ਖੇਡ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ। ਇਹਨਾਂ ਖੇਡ ਪ੍ਰਤੀਯੋਗਤਾਵਾਂ ਦੇ ਵਿੱਚ 16 ਸਕੂਲ ਦੇ ਬੱਚਿਆਂ ਨੇ ਭਾਗ ਲਿਆ। ਬੱਚਿਆਂ ਦੇ ਵੱਲੋਂ ਪੂਰੇ ਉਤਸ਼ਾਹ ਦੇ ਨਾਲ ਗੇਮਾਂ ਖੇਡੀਆਂ ਗਈਆਂ ਅਤੇ ਬੱਚਿਆਂ ਦੇ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਮੁੱਖ ਮਹਿਮਾਨ ਦੇ ਤੌਰ 'ਤੇ ਫਾਦਰ ਮਿਥਿਹਾਸ ਅਤੇ ਮੈਡਮ ਸ਼ਸ਼ੀ ਲੂਥਰ ਪ੍ਰਿੰਸੀਪਲ ਇੰਡੀਅਨ ਹੈਰੀਟੇਜ ਸਕੂਲ ਪਠਾਨਕੋਟ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਸਕੂਲ ਪਹੁੰਚਣ ਦੇ ਬੱਚਿਆਂ ਦੇ ਵੱਲੋਂ ਮੁੱਖ ਮਹਿਮਾਨ ਨੂੰ ਗਾਰਡ ਆਫ ਆਨਰ ਅਤੇ ਪ੍ਰਿੰਸੀਪਲ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿਸਟਰ ਵਿਲਫੀ ਨੇ ਕਿਹਾ ਕਿ ਇਹਨਾਂ ਪ੍ਰਤੀਯੋਗਤਾਵਾਂ ਦੇ ਨਾਲ ਬੱਚਿਆਂ ਵਿੱਚ ਇੱਕ ਨਵਾਂ ਉਤਸ਼ਾਹ ਅਤੇ ਐਨਰਜੀ ਆਉਂਦੀ ਹੈ ਅਤੇ ਭਵਿੱਖ ਦੇ ਵਿੱਚ ਵੀ ਸਾਡੇ ਵੱਲੋਂ ਇੱਦਾਂ ਦੇ ਉਪਰਾਲੇ ਜਾਰੀ ਰਹਿਣਗੇ। ਹਾਂਜੀ ਮੈਮ, ਅੱਜ ਆਪਣੇ ਸਕੂਲ ਮੇਂ ਕਿਆ ਸਾ ਪ੍ਰੋਗਰਾਮ? ਯਾ, ਵੈਰੀ ਗੁੱਡ ਮਾਰਨਿੰਗ ਟੂ ਆਲ। ਆਈ ਦ ਪ੍ਰਿੰਸੀਪਲ ਸਿਸਟਰ ਵਿਲਫੀ ਇਜ਼ ਵੈਰੀ ਗਲੈਡ ਟੂ ਸੇ ਦੈਟ ਵੀ ਆਰ ਆਰਗਨਾਈਜ਼ਿੰਗ ASIC ਸੋਨਲ ਲੈਵਲ ਟਰੈਕ ਐਂਡ ਫੀਲਡ ਇਵਨ ਇਨ ਆਰ ਸਕੂਲ ਇਨ ਵਿਚ 16 school are taking part. It's a proud moment and very good opportunity for the students as it helped them to create a sense of unity, integrity, honesty, fraternity, friendship, a true competitive spirit and overall development among the students. It is today's program and I wish you all the best to all the participants. Have a great time. May the best child win. Thank you. God bless you all. Especially, main Divya Punjab News Channel ko dhanyawad dete hai. Thank you. God bless you all. Thank you. Okay, ma'am. Thank you very much. Fatehgarh Chudiyan to Pankaj Pandi di report, Divya Punjab TV.